ਤੇ ਮੈਂ ਕਿਹਾ ਮੈਂ ਤਰਸੇਮ ਸਿੰਘ ਤੇਰੇ ਘਰ ਤੇਰਾ ਪਿੰਡ ਚ ਘਰ ਹੀ ਮੈਂ ਕਿਹਾ ਚਲ ਹੁਣ ਇੰਡਾ ਨਿਕਲ ਜਾ ਮੈਂ ਮੈਨੂੰ ਬੈਠਣ ਲਈ ਤਾਂ ਥਾਂ ਮਿਲ ਗਈ ਕਿ ਰੋਕ ਕੇ ਗੱਡੀ ਆ ਜਿੰਨੇ ਬੈਠੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਖਾਸ ਕਰਕੇ ਮੈਂ ਭੈਣਾਂ ਦਾ ਜ਼ਿਆਦਾ ਧੰਨਵਾਦ ਕਰਨਾ ਕਹੋ ਭਮਰਾ ਤੁਸੀਂ ਤਰਲੇ ਲੈਂਦੇ ਹੁੰਦੇ ਆ ਜਾਓ ਆ ਜਾਓ ਆ ਜਾਓ ਕਿਹਨੇ ਕਹਿਣਾ ਰੋਟੀ ਪਕਾਉਣੀ ਹੁਣ ਮੇਰੇ ਤੁਹਾਡੇ ਕਹਿਣ ਤੋਂ ਬਿਨਾਂ ਆਪੇ ਪਾ ਕੇ ਬੈਠੀਆਂ ਹੁੰਦੀਆਂ ਵੱਡੇ ਰੰਧਾਵਾ ਸਭ ਤੋਂ ਲੈ ਕੇ ਜਿਵੇਂ ਇਹਨਾਂ ਨੇ ਆਪਣੇ ਮੇਰੇ ਵੱਡੇ ਭਰਾ ਗੁਰਵੀਰ ਸਿੰਘ ਪਾੜਾ ਹੋਣਾ ਦੀ ਗੱਲ ਕੀਤੀ ਆ ਅਸੀਂ ਚਲੇ ਗਏ ਵਿਆਹ ਚਾਰਕ ਸਾਹਿਬ ਦੀ ਗੱਲ ਆ ਤੇ ਉਹ ਉੱਥੇ ਅੱਗੇ ਗੁਰਦਾਸ ਮਾਨ ਕੌਣ ਦਿਆ ਸੀ ਪਾੜਾ ਸਾਹਿਬ ਭੰਗੜਾ ਪਾਉਣ ਲੱਗ ਪਏ ਉਹ ਮਾਈਕ ਛੱਡ ਕੇ ਸਟੇਜ ਤੇ ਹੀ ਬਹਿ ਗਿਆ ਕਹਿੰਦਾ ਯਾਰ ਆ ਬਾਬਾ ਮੈਂ ਕਿਹਾ ਕਿ ਮੇਰੀ ਕਹਿੰਦਾ ਕਹਿੰਦਾ ਕਮਾਲ ਕਰ ਦਿੱਤੀ ਜੋ ਜਿਹਾ ਭੰਗੜਾ ਪਾਇਆ ਯਾਰ ਬੰਦੇ ਦਾ ਦਿਲ ਚਾਹੀਦਾ ਅਸੀਂ ਬੈਠੇ ਕੈਪਟਨ ਸਾਹਿਬ ਦੇ ਕੋਲ ਕਿ ਟਿਕਟ ਪਾੜਾ ਸਾਹਿਬ ਨੂੰ ਮੈਂ ਕਿਹਾ ਪਾੜਾ ਸਾਹਿਬ ਆਪਣੇ ਬੇਟੇ ਨੂੰ ਟਿਕਟ ਦਵਾਓ ਤੇਨੇ ਮੈਨੂੰ ਕੀ ਗੱਲ ਆ ਮੈਂ ਕਿਹਾ ਇਹ ਆਉਣ ਵਾਲਾ ਪੰਜਾਬ ਦਾ ਭਵਿੱਖ ਆ ਮੈਂ ਕਿਹਾ ਇਹਨੇ ਅਜੇ 40 ਸਾਲ ਚੱਲਣਾ ਤੇ ਮੈਂ ਕਿਹਾ ਇਹਦੇ ਚ ਜ਼ਰੂਰਤ ਵੀ ਹੈਗੀ ਆ ਹੁਣ ਇੰਨਾ ਕਦੇ ਪਤਾ ਲੱਗ ਜਾਂਦਾ ਜੇ ਆਪਾਂ ਟੇਵਾ ਨਹੀਂ ਲਾਉਂਦੇ ਤੇ ਬੰਦੇ ਨੂੰ ਫਿਰਦੇ ਤੁਰਦੇ ਤੇ ਵੇਖ ਲਈਦਾ ਜਿਹੜੇ ਲੀਡਰ ਦੇ ਵਿੱਚ ਪਰਖ ਨਹੀਂ ਉਹ ਲੀਡਰ ਕਦੀ ਨਹੀਂ ਬਣ ਸਕਦਾ ਮੈਂ ਇਹਨੂੰ ਕਈ ਵਾਰ ਸਮਝਾਉਂਦਾ ਹਾਂ ਬਸ ਕਰ ਥੋੜਾ ਹੌਲੀ ਬੋਲ ਤੇ ਜਿੱਦਾਂ ਇਹ ਮੈਨੂੰ ਕਹਿੰਦਾ ਮੇਰੇ ਨਾਲ ਵੱਧ ਇਹ ਗੁੱਸੇ ਚ ਰਹਿੰਦਾ ਪਰ ਰਹਿੰਦਾ ਵਰਕਰ ਕਰਕੇ ਆ ਉਦਾਂ ਨਹੀਂ ਜਿੱਥੇ ਵਰਕਰ ਦੀ ਗੱਲ ਆ ਗਈ ਉੱਥੇ ਮਰਨ ਮਰੋੜ ਤੇ ਪਹੁੰਚ ਜਾਂਦਾ ਇਹ ਚੀਜ਼ ਹੋਣੀ ਚਾਹੀਦੀ ਹੈ ਤੁਸੀਂ ਵੀ ਸਾਰੇ ਯਾਦ ਰੱਖੋ ਮੈਂ ਵੱਡੇ ਰੰਧਾਵਾ ਸਾਹਿਬ ਤੋਂ ਲੈ ਕੇ ਹੁਣ ਤੱਕ ਵੇਖਿਆ ਤੇ ਕੋਈ ਕਹਿੰਦਾ ਜੀ ਅਸੀਂ ਆਮ ਆਦਮੀ ਹੈ ਜੀ ਆਮ ਆਦਮੀ ਕਿਹੜਾ ਕੀ ਹੁੰਦਾ ਮੈਨੂੰ ਪਹਿਲਾਂ ਇਹਦੀ ਡੈਫੀਨੇਸ਼ਨ ਤਾਂ ਦੇ ਦੇਣਾ ਆਮ ਆਦਮੀ ਉਹਦੇ ਜਿਹੜੇ ਲੁੱਟ ਕੇ ਪੰਜਾਬ ਨੂੰ ਖਾ ਰਹੇ ਨੇ ਜੇ ਆਮ ਆਦਮੀ ਦੀ ਸਰਕਾਰ ਹੈ ਤੇ ਕਟਾਰੂ ਚੱਕ ਨੂੰ ਅੱਜ ਹੀ ਮੰਤਰੀਸ਼ਿਪ ਤੋਂ ਬਾਹਰ ਕੱਢ ਜਿਹਨੇ ਪੰਜਾਬ ਦੀ ਬਰਬਾਦੀ ਤੇ ਕਿਸਾਨੀ ਦੀ ਬਰਬਾਦੀ ਕਰ ਦਿੱਤੀ ਹੈ ਪੰਜਾਬ ਦੇ ਜੋ ਹਾਲਾਤ ਨੇ ਇਹਦੇ ਤੋਂ ਵੱਧ ਅੱਤਵਾਦ ਦੇ ਵਿੱਚ ਵੀ ਹਾਲਾਤ ਮਾੜੇ ਨਹੀਂ ਸੀ ਹੋਏ ਉਦੋਂ ਤੇ ਇਹ ਸੀ ਨਾ ਕਿ ਚਲੋ ਜੀ ਦੇਣ ਤੇ ਸਾਡਾ ਸੀ ਤੇ ਹੁਣ ਨਾ ਦੇਣ ਆ ਤੇ ਨਾ ਰਾਤ ਆ ਲੋਕੀ ਪਹਿਲਾਂ ਹੀ ਘਰ ਵੜ ਜਾਂਦੇ ਨੇ ਇਹ ਠੀਕ ਕਰਾਂਗੇ ਇਹ ਠੀਕ ਕਰਨਾ ਪੈਣਾ ਪੰਜਾਬ ਤਰੱਕੀ ਰੋਕ ਦਿੱਤੀ ਇਹਨੇ ਇਸ ਮੁੱਖ ਮੰਤਰੀ ਨੇ ਪਾੜਾ ਸਾਹਿਬ ਇੱਥੇ ਕਹਿ ਕੇ ਗਿਆ ਕਹਿੰਦਾ ਕਾਂਗਰਸੀਆਂ ਦੇ ਰਿਸ਼ਤੇ ਦੇ ਵਿੱਚ ਹਿੱਸੇ ਸੀ ਅਸੀਂ ਦੋਵੇਂ ਖੜੇ ਹਾਂ ਮੁੱਖ ਮੰਤਰੀ ਜੀ ਤੇ ਜ਼ਰੂਰਤ ਹੈਗੀ ਆ ਤੇ 10 ਕੁ ਸੀ ਆ ਬੈਠੇ ਹੋਣੇ ਆ ਗੁਰਚੱਕ ਵਾਲੇ ਆਏ ਹੋ ਗੁਰਚੱਕ ਵਾਲੇ ਇਹਨਾਂ ਦੇ ਪਿੰਡ ਅਸੀਂ ਰੇਤਾ ਨਹੀਂ ਚੁੱਕਣ ਦਿੱਤੇ ਸਰਪੰਚ ਖੜਾ ਮੈਂ ਕਿਹਾ ਜਿੰਨੀ ਤੁਹਾਡੀ ਡਿਮਾਰਕੇਸ਼ਨ ਕਰਾ ਲਓ ਉੱਥੋਂ ਰੇਤਾ ਚੁੱਕੋ ਰੇਤਾ ਨਹੀਂ ਮੈਂ ਵੱਧ ਚੁੱਕਣ ਦੇਣੀ ਮੈਂ ਕਿਸਾਨ ਨਹੀਂ ਮਾਰਨਾ ਸਾਰੇ ਪੰਜਾਬ ਚ ਉਹਨਾਂ ਦੇ ਨਾਂ ਕੀ ਲੈਣਾ ਉਹਦਾ ਥੋੜੀ ਇਹਨਾਂ ਦਾ ਗੱਲ ਤੇ ਤੇ ਹੁਣ ਲੱਗ ਗਈ ਵੇਖ ਲੋ ਹਾਂ ਜਦੋਂ ਪੁਲ ਟੱਪਦੇ ਆ ਡੇੜਾ ਖਤਮ ਹੁੰਦਾ ਤੇ ਜਿਹੜੇ ਬੜੇ ਵੱਡੇ ਮੰਤਰੀ ਜੀ ਵੱਡੇ ਵੱਡੇ ਹੱਥ ਮਾਰ ਕੇ ਗੱਲਾਂ ਕਰਦਾ ਉਹ ਸਾਰੇ ਨੇਤਾ 2 ਨੰਬਰ ਚ ਉਹ ਚੁਕਾਉਂਦਾ ਇਹ ਇਲੈਕਸ਼ਨ ਇਹ ਪੰਜਾਬ
जो एने भगवंत मान ने पंजाबियों के नाल मजाक किया उस मजाक का अपना जवाब देना। तो मैं पता ये मजाक का जवाब डेरा बाबा नानक ही दे सकता। मैं अकाली दल की गल करते हैं, पंथ नहीं आ मेरे सामने बैठा पंथ यार, ये वो सिख ने जेड़े बाबे नानक नू मनते ने, वो सिख ने जेड़े गुरु गोबिंद सिंह ने सिंह सजाए ने। तो जे इन्हां ने इलेक्शन का बाइकाट करना सी तो दो दिन बाद श्रोमणी गुरुद्वारा प्रबंधक कमेटी की इलेक्शन सी, उहदा बाइकाट क्यों नहीं किया? जे असली लीडर सी कहिंदे कि साडा लीडर जिहड़ा सुखबीर बादल इलेक्शन च नहीं आ रहा, असी श्रोमणी कमेटी का भी बाइकाट करते हैं, फिर तो कहिंदे कि ये सच्चे सिख ने। एक कल्ला मैं सीधे जा पढ़ा करते थे जो गल्ला, फिर मैं तो बयान भी दे दिंदा हुंदा सी, मैं कहिंदा सी कि अकाली दल नहीं मरना चाहिए, अकाली दल मरेगा तो पंजाब का नुकसान होगा, पर उन्हें आप ही मार दिता। मैं दिल्ली ही बैठे उत्थे बड़ा पुराना सिख सिखी बारे जिन्हें खोज की थी है बहुत ज्यादा, उन्होंने सी पता कि मैं धारवाली का, मैनू कहिंदा हुण ते लक्ष्मण सिंह वर्गा उठना चाहिए तो फिर ही बचा, फिर सिखी बचा। मैं कहा जी मैं सरदार लक्ष्मण सिंह धारवाली के पिंड का धारवाली का मैं बुजुर्ग है, मेरे ख्याल 92-93 साल का, उठ के जप्पी पा के मिलिया, कहिंदा काका जे गुरुद्वारे बचाने ने जे नारायणू मंत को छुड़वाए थी, कहिंदा हुण फिर उहो ही हाल हो गए, उठना पैना। कहिंदा सिखी का प्रचार ही है नहीं, कहिंदा जब पिंड का आपां ग्रंथी लाने उत्थे सेवादार लाए ने, ते कहिंदा उत्थे उन्हां सेवादारां दी बजाय जिन्हां नूं असीं 30-30, 35-35, 40-40 हजार तनखा दे रहे हैं श्रोमणी कमेटी ने, कहिंदा उस पिंड दे ग्रंथी नूं अद्धी पिंड तनखा पाए, 15,000 की ग्रंथी की तनखा होए ते किवें सिखी का प्रचार नहीं होएगा? कहिंदा कहिंदा इत्थे ही आके अपनी सिखी का प्रचार होगा। कहिंदा जिहड़ा पिंड च ग्रंथी रख लैंदे आ उहनूं अपनी रोटी का फिक्र पिया हुंदा, उहनूं बाबे का फिक्र नहीं। कहिंदा एक दूसरी होर मेरी काका गल सुन ला, कहिंदा जदों अखंड पाठ रखाउंदे हो ना आपां कहिंदे गुरु दा वजीर आ, ते कहिंदे वजीर की सेवा ही नहीं आपां करदे, कहिंदा जिनी बाबे की सेवा उन्नी वजीर की भी सेवा होनी चाहिए, तो फिर तुहाडा पाठ संपूर्ण होगा। यार गल्लां ही आपां दे बजुर्गां दीआं नहीं मन्नांगे। आ क्रिश्चन वेखो ऐतवार वाले दिन सारा ही काम छड़ देंगे, कहीं अज अपने प्रभु की भगती करनी, आप घर साडा बाबा आया हुंदा उहदी सेवा करन नूं तैयार नहीं। प्रभु यीशु मसीह ने दित्ती कुरबानी, तो यार इन्हां दा सूरज नहीं डुबदा, दुनिया सूरज नहीं क्रिश्चना का डुबदा, ते साडे गुरु ने तो सारा परिवार ही वार दिता, ते अहीं क्यों थले नूं तुरे जाने आ? अपने न्याणे नूं अहीं दाढ़ी कट्टण तों नहीं हटा सकते, मेरा भी कटदा अभी कटदा नहीं। सरदार करतार सिंह पाड़ा जी ने दिन उन्होंने कहा यार मैं जहर रखे तो खान लगे जो दाढ़ी रख ला, ही सी ना
ਇਹ ਸਿੱਖਿਆ ਹੋਣੀ ਚਾਹੀਦੀ ਆ। ਮੇਰੇ ਦਾਦਾ ਜੀ ਜੀ ਦੇ ਇੱਥੇ ਸਾਡਾ ਨਾ ਬਾਹਰ ਉਦੋਂ ਆਹ ਪਾਸਾ ਨਹੀਂ ਸੀ ਹੁੰਦਾ, ਇੱਕ ਕੋਠੇ ਕੱਠੇ ਨਹੀਂ ਸੀ ਹੁੰਦੇ, ਇੱਥੇ ਪਏ ਹੋਣਾ ਸੀ ਉਹਦੇ 'ਚ ਖੁੱਲ੍ਹੇ ਜਿਹੇ ਥਾਂ 'ਚ। ਉਹਨਾਂ ਕਈ ਵਾਰ ਕਹਿਣਾ ਕਿ ਬਾਬੇ ਨਾਲ ਗੱਲਾਂ ਕਰੀਦੇ ਨੇ, ਪਾਠ ਨਹੀਂ ਕਰੀਦਾ। ਇਸ ਵੇਲੇ ਬਾਬਾ ਜੀ ਤਾਂ ਬੋਲਦੇ, ਬਾਪੂ ਜੀ ਬੋਲਦਾ ਹੀ ਨਹੀਂ, ਕਹਿੰਦੇ ਤੁਸੀਂ ਜਦੋਂ ਵੱਡੇ ਹੋਏਗੇ ਫਿਰ ਤੁਹਾਨੂੰ ਸਮਝ ਆਏਗੀ। ਕਹਿੰਦੇ ਗੁਰਬਾਣੀ ਵਿੱਚ ਜੋ ਤੁਕ ਬੋਲੀ ਜਾਂਦੀ ਹੈ ਬਾਬਾ ਆਪੇ ਹੀ ਸਵਾਲ ਕਰਦਾ ਤੇ ਬਾਬਾ ਆਪੇ ਹੀ ਜਵਾਬ ਦਿੰਦਾ। ਤਾਂ ਹੁਣ ਪਤਾ ਲੱਗਾ ਤੇ ਔਰ ਬਾਬੇ ਦੀ ਹੁਕਮਨਾਮਾ ਕੱਢ ਲਓ, ਬਾਬੇ ਦੀ ਕਦੀ ਗੱਲ ਗਲਤ ਵੀ ਨਹੀਂ ਹੋਈ। ਯਾਰ ਆਪਣੇ ਗੁਰੂ ਤੇ ਭਰੋਸਾ ਕਰ ਲਓ। ਸੋ ਅੱਜ ਦੇ ਤੁਹਾਨੂੰ ਮੈਂ ਦੀਵਾਲੀ ਦੀ ਮੁਬਾਰਕਬਾਦ ਹੀ ਦੇਣੀ ਸੀ, ਕਿਉਂਕਿ ਤੁਸੀਂ ਇੱਕ ਇੱਕ ਵਰਕਰ ਆਪਣੀ ਇਲੈਕਸ਼ਨ ਸਮਝ ਕੇ ਕੰਮ ਕਰ ਰਹੇ। ਤੁਹਾਨੂੰ ਸਿਰਫ ਤੇ ਸਿਰਫ ਹੁਣ ਇਲੈਕਸ਼ਨ ਦੀ ਆ। ਮੈਂ ਸਵੇਰੇ ਵੀ ਤਿੰਨਾਂ ਪਿੰਡਾਂ 'ਚ ਤਕਰੀਬਨ ਵਨ ਸਾਈਡਡ ਹੀ ਪਿੰਡ ਕਰ ਰਹੇ। ਪੱਬਾ ਰਾਲੀ ਦੇ ਵਿੱਚ ਛੋਟੀ ਪੱਬਾ ਰਾਲੀ ਗਿਣ ਕੇ ਵੋਟਾਂ ਦੱਸੀਆਂ, ਕਹਿੰਦੇ ਜੀ ਆ 27 ਵੋਟਾਂ ਨਹੀਂ ਪੈਣੀਆਂ, ਬਾਕੀ ਸਾਰੀਆਂ ਸਾਡੀਆਂ, ਤੁਸੀਂ ਪ੍ਰਧਾਨ ਨਾਲ ਹੀ ਜਿੜ ਕੇ ਦੱਸੀਆਂ ਨਾ ਉਹਨਾਂ ਇੱਥੇ। ਹੁਣ ਗੱਲਾਂ ਵਾਲੀ ਕਿੱਥੇ ਆਇਓ ਜਸਵੰਤ, ਉਹ ਖੜਾ ਪਿੰਡ ਹੋ ਗਿਆ ਸਾਫ, ਫਿਰ ਤਲਵੰਡੀ ਗਏ ਆ ਟੋਨੀ ਕਿੱਥੇ, ਤਲਵੰਡੀ ਵੀ ਪਿੰਡ ਪੂਰਾ ਸਾਫ। ਉਹਦੇ ਜਿਹਨੂੰ ਜਿਹੜਾ ਆਇਆ ਨਾ, ਮੈਂ ਕਿਹਾ ਹੁਣ ਤੂੰ ਚੁੱਪ ਕਰ, ਇਲੈਕਸ਼ਨਾਂ ਤੋਂ ਬਾਅਦ ਗੱਲ ਕਰਾਂਗੇ ਕਿਵੇਂ ਸਰਪੰਚੀ ਲੁੱਟ ਗਿਆ ਉਹਨਾਂ ਵੇਚੀਆਂ ਵੇਚੀਆਂ ਨੇ। ਉਹ ਯਾਰ ਇੱਕ ਮੈਂ ਤੁਹਾਨੂੰ ਦੱਸਾਂ, ਇੱਕ ਮੇਰੀ ਅੱਜ ਗੱਲ ਮੰਨ ਲਓ, ਨਾ ਕਿਸੇ ਲੀਡਰ ਨੂੰ ਸੋਪਾਲਾ ਪਾਇਆ, ਪਤਾ ਨਹੀਂ ਉਹਨੇ ਕਦੋਂ ਘੁੰਮ ਜਾਣਾ, ਮੰਨਦੇ ਹੋ ਨਾ। ਤੇ ਇੱਕ ਜਦੋਂ ਆਹ ਇਲੈਕਸ਼ਨਾਂ 'ਚ ਪਾਉਂਦੇ ਆ ਨਾ, ਇਹ ਕਾਂਗਰਸ ਦਾ ਜਾਂ ਕਿਸੇ ਪਾਰਟੀ ਦਾ ਉਹ ਨਿਸ਼ਾਨ ਪਾ ਲਓ, ਗੁਰੂ ਦਾ ਸਰੋਪਾ ਬਹੁਤ ਵੱਡੀ ਚੀਜ਼ ਏ, ਇਹਦੀ ਬੇਅਦਬੀ ਨਾ ਕਰੀਏ। ਤੇ ਮੈਂ ਇਸ ਕਰਕੇ ਕਹਿੰਦਾ ਆ ਬਾਦਲਾਂ ਨੂੰ ਉੱਥੋਂ ਸਰੂਪਾ ਮਿਲਦਾ ਸੀ ਜਿੱਥੇ ਕਿਸੇ ਨੂੰ ਅੱਜ ਤੱਕ ਨਹੀਂ ਮਿਲਿਆ, ਦਰਬਾਰ ਸਾਹਿਬ ਦੀ ਹਜ਼ੂਰੀ 'ਚ ਮਿਲਦਾ ਸੀ, ਜਿਹਨੂੰ ਕਦੇ ਨਹੀਂ ਦਿੱਤਾ ਉਹ ਇਹਨਾਂ ਨੂੰ ਮਿਲਦਾ। ਤੇ ਗੁਰੂ ਨੇ ਇਨਸਾਫ ਕਰ ਦਿੱਤਾ। ਬਾਬੇ ਨਾਨਕ ਨੇ ਗੁਰੂ ਰਾਮਦਾਸ ਨੇ ਇਨਸਾਫ ਕਰ ਦਿੱਤਾ।